ਜ਼ਮਾਨੇ ਤੇ ਕੋਈ ਵੀ ਆਇਆ ਨਾ ਹੁੰਦਾ, ਜ਼ਮਾਨੇ ਮੈਂ ਕੋਈ ਵੀ ਨਾ ਆਇਆ ਹੁੰਦਾ, ਜ਼ਮਾਨੇ ਤੇ ਕੋਈ ਵੀ ਆਇਆ ਨਾ ਹੁੰਦਾ, ਆਇਆ ਨਾ ਹੁੰਦਾ। ਜੇ ਰੱਬ ਨੇ ਨਬੀ ਨੂੰ ਬਣਾਇਆ ਨਾ ਹੁੰਦਾ, ਜੇ ਰੱਬ ਨੇ ਨਬੀ ਨੂੰ ਬਣਾਇਆ ਨਾ ਹੁੰਦਾ, ਬਣਾਇਆ ਨਾ ਹੁੰਦਾ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕੁਮ ਵਰਹਿਮਤੁਲਲਾਹ ਵਬਰਕਾਤ। ਉਮੀਦ ਹੈ ਸਾਰੇ ਦੋਸਤ ਠੀਕ ਠਾਕ ਹੋਵੋਗੇ, ਅੱਲਾ ਦਾ ਸ਼ੁਕਰ ਮੈਂ ਵੀ ਠੀਕ ਠਾਕ। ਅੱਲਾ ਦਾ ਨਾਮ ਲੈ ਕੇ ਅੱਜ ਦੀ ਵੀਡੀਓ ਕਰਨੀ ਸ਼ੁਰੂ। ਅੱਛਾ ਜੀ, ਦਿਨ ਨੇ ਅੱਜ ਵੈਨਸਡੇ ਦਾ, 24 ਜੁਲਾਈ 2024। ਟਾਈਮ ਹੋ ਗਿਆ ਜੀ 9 ਦਾ, ਮਾਲ ਹੁਣ ਮੈਂ ਖੋਲਿਆ। ਅਤੇ ਕੱਲ੍ਹ ਤਾਂ ਮੌਸਮ ਬਿਹਤਰੀਨ ਰਿਹਾ, ਕਿਉਂਕਿ ਬਾਰਿਸ਼ ਜਿਹੜੀ ਨਾ ਕੱਲ੍ਹ ਹੋਈ, ਉਸ ਵਜ੍ਹਾ ਤੋਂ ਜਿਹੜਾ ਨਾ ਸਾਰਾ ਦਿਨ ਮੌਸਮ ਠੀਕ ਹੀ ਰਿਹਾ। ਪਿਛਲੇ ਟਾਈਮ ਜਾ ਕੇ ਥੋੜ੍ਹਾ ਜਿਹਾ ਨਾ ਗਰਮ ਹੋਇਆ, ਅਤੇ ਅੱਜ ਸੂਰਜ ਚੜ੍ਹਦਿਆਂ ਜਿਹੜਾ ਸਹੀ ਗਰਮ ਦਿਨ ਸ਼ੁਰੂ ਹੋਇਆ ਜੀ, ਗਰਮ ਤਰੀਨ ਸਮਝੋ, ਕਿਉਂਕਿ ਸੁਬਹਾ ਸੁਬਹਾ ਹੀ ਜਿਹੜਾ ਆ ਬੱਸ ਜੀ ਬਣੀ, ਅਤੇ ਸੇਖ ਹਾਲੀ 9 ਦਾ ਟਾਈਮ ਹੋਇਆ। ਖੂਬਸੂਰਤ ਦਿਨ ਦਾ ਆਗਾਜ਼ ਹੋ ਗਿਆ ਸੀ ਮਾਸ਼ਾਅੱਲਾ ਜੀ, ਮਾਸ਼ਾਅੱਲਾ। ਬਾਰਿਸ਼ਾਂ ਨਾਲ ਜਿਹੜਾ ਨਾ ਹਰ ਪਾਸੇ ਹਰਿਆਲੀ ਹਰਿਆਲੀ, ਦੇਖਿਆ ਕੋਈ ਚੀਜ਼ ਨਹੀਂ ਜਿਹੜੀ ਸੁੱਕੀ ਹੋਵੇ। ਨਿੱਕੇ ਜੇਠ ਵਿੱਚ ਤਾਂ ਸਹੀ ਜਿਹੜਾ ਨਾ ਅਰਸ਼ ਹੈ, ਬੰਨਿਆਂ ਦੇ ਬੂਟੀਆਂ ਘਾਹ ਬੂਟ ਸਭ ਸੁੱਕ ਸੜ ਗਏ, ਹੁਣ ਮਾਸ਼ਾਅੱਲਾ ਹਰ ਪਾਸੇ ਹਰਿਆਲੀ ਹੈ ਜੀ। ਜਿਹੜੀਆਂ ਕੋਈ ਬੂਟੀਆਂ ਘਰਾਟੀਆਂ ਸੁੱਕੀਆਂ ਸੀਆਂ ਉਹ ਵੀ ਸਹੀ ਹਰੀਆਂ ਕਚੂਰ ਹੋ ਗਈਆਂ। ਬਾਜਰੇ ਮਾਸ਼ਾਅੱਲਾ ਜਿਹੜੇ ਪਹਿਲੇ ਜੋਤ ਰਹੇ ਨੇ ਉਹ ਤਾਂ ਪੂਰੇ ਰਸ ਨੇ, ਅਤੇ ਬਾਅਦ ਜਿਹੜੇ ਕੱਢਣ ਹੋਏ ਨੇ ਉਹ ਵਿਰਲੇ ਵਿਰਲੇ ਵਿੱਚ ਜਿਹੜਾ ਨੇ ਜੋ ਨੇ ਜ਼ਿਆਦਾਤਰ ਜਿਹੜਾ ਨਾ ਪਤਲੇ ਹੀ ਨੇ। ਚੱਲ ਚੱਲ ਲਾ ਲੈ, ਤਾਰੀ ਆਉਂਦੀਆਂ ਵੀ ਨੇ ਪਿੱਛੇ ਨੇ ਤੇਰੇ। ਮਾਸ਼ਾਅੱਲਾ ਜੀ, ਛੱਪੜੇ ਜਿਹੜਾ ਪਾਣੀ ਵਾਹ ਵਾਹ ਬਾਰਿਸ਼ਾਂ ਨਾਲ ਪੈ ਗਿਆ, ਚੰਗੀ ਤਾਰੀ ਮਾਸ਼ਾਅੱਲਾ ਲੱਗਦੀ ਮਜ਼ਾ ਦੀ। ਸ਼ਾਹ ਦੇਖਿਆ ਮਜ਼ਾ ਨਹੀਂ, ਕੰਡ ਦੇ ਉੱਤੋਂ ਪਾਣੀ ਪੈ ਜਾਂਦਾ। ਲਾ ਲਓ ਤਾਰੀ, ਅੱਜ ਗਰਮੀ ਬੜੀ ਹੈ, ਸਹੀ ਸੂਰਜ ਜਿਹੜਾ ਲਿਸ਼ਕਦਾ ਪਿਆ ਜਿਹਾ, ਕੱਲ੍ਹ ਤਾਂ ਜ਼ਿਆਦਾਤਰ ਕਲੋਡੀ ਰਹੀ ਇਸ ਸਕਾਈ ਦੇ, ਅਤੇ ਅੱਜ ਜਿਹੜਾ ਨਾ ਸਕਾਈ ਵੀ ਬਿਲਕੁਲ ਕਲੀਅਰ, ਅਤੇ ਸੂਰਜ ਵੀ ਜਿਹੜਾ ਸਹੀ ਤਪਸ਼ ਪਿਆ ਮਾਰਦਾ। ਸ਼ਿਹਾ ਅੱਛਾ ਜੀ, ਗਰਮੀ ਅੱਜ ਸੁਬਹਾ ਤੋਂ ਲੈ ਅੱਗੇ ਹੁਣ ਤਾਈਂ ਸੇਮ ਸਟੇਜ ਸੇਮ ਲੈਵਲ ਦੇ ਜਿਹੜਾ ਨਜ਼ਾਰੀ
ਬਹੁਤ ਜ਼ਿਆਦਾ ਗਰਮੀ ਅੱਜ ਪਈ। ਮਾਲ ਵੀ ਅੱਜ 10-12 ਮਿੰਟ ਪਹਿਲਾਂ ਹੀ ਟੁਰਾਇਆ ਛੱਪੜੇ 'ਚ, ਕਿਉਂਕਿ ਮੱਝਾਂ ਜਿਹੜੀਆਂ ਨਸਲੀਆਂ ਸੀ ਇੱਧਰ ਪਾਣੀ ਦਾ ਛੱਪੜੀਆਂ ਦੇ ਪਾਣੀ ਜਿਹੜਾ ਨਾ ਉਹ ਗਰਮ ਹੁੰਦਾ ਅਤੇ ਛੱਪੜੇ ਜਿਹੜਾ ਪਾਣੀ ਵਲਗਾ। ਹੁਣ ਮੱਝਾਂ ਪਹੁੰਚ ਆਈਆਂ ਛੱਪੜੇ 'ਚ। ਹਾਲੇ ਵੀ ਸੂਰਜ ਜਿਹੜਾ ਸਹੀ ਲਿਸ਼ਕਾਰੇ ਮਾਰਦਾ ਪਿਆ ਅਤੇ ਗਰਮੀ ਜਿਹੜੀ ਹੈ ਸੇਕ, ਕਿਉਂਕਿ ਵਾਹ ਜਿਹੜੀ ਬਿਲਕੁਲ ਕੋਈ ਨਹੀਂ ਬੰਦ ਸੁਬਾਹ ਦੀ, ਇਸ ਵਜ੍ਹਾ ਤੋਂ ਸ਼ਦੀਦ ਜਿਹੜੀ ਹੈ ਗਰਮੀ ਅੱਜ ਪਈ ਹੈ ਬਹੁਤ ਜ਼ਿਆਦਾ। ਮਜ਼ਾ ਹੁਣ ਛੱਪੜੇ ਜਾਈਏ ਨਾ, ਇੱਥੇ ਬਹਿਣ ਨਹੀਂ ਕੋਈ ਅੱਧਾ ਮੁੰਨਾ ਘੰਟਾ, ਫਿਰ ਸਕੂਨ ਆ ਗਿਆ ਮਾਲ। ਮੈਂ ਸ਼ੁਕਰ ਕੀਤਾ ਵਾ ਛੱਪੜੇ ਦੇ ਬੜੇ। ਮਾਲ ਛੱਪੜਾ ਜੂ ਨਿਕਲਦਾ ਨਹੀਂ, ਤੇਰੀਆਂ ਬਹਿੰਦੀਆਂ ਨਹੀਂ ਹੈ ਵੀ ਝੱਟ ਬਹਿ ਕੇ ਉਹ ਲੱਗੀਆਂ ਜਾਂਦੀਆਂ, ਕਿੱਥੋਂ ਲਿਆਉਂਦੀਆਂ ਨੀ। ਕਿੱਥੇ ਘਰੇ ਆਈਆਂ ਅਗਾ? ਅੱਛਾ ਲੰਮਾ ਰੂਟ ਕੱਟੂ ਆਈਆਂ ਨਾ, ਨਾ ਘਰ ਦਾ ਟਾਈਮ ਹੋਇਆ ਕਿ ਹੁਣ ਜਾਣਾ ਵਾਪਸ ਡੋਗੀ? ਨਾ ਕਿਹਾ ਜਿਹੜਾ ਨਾ ਅੱਜ ਇੱਧਰ ਆਇਆ, ਇਸ ਪਿੰਡ ਚਲੀਏ ਡੋਗਿਆਂ ਵਾਲਾ। ਮਾਲ ਦੇ ਅੱਜ ਘਬਰਾਏ ਆ ਨਾ ਮੇਰੀਆਂ ਨੂੰ, ਮੇਰਾ ਤਕਰੀਬਨ 35 ਮਿੰਟ ਹੋ ਗਏ ਨੇ, ਟਾਈਮ ਹੋ ਗਏ ਉਹ ਚੱਲੇ 4:30 ਕੱਢ ਨਹਾਉਣ ਕੇ ਹੋ ਗਿਆ ਟਾਈਮ। ਅੱਛਾ ਜੀ ਗਰਮੀ ਅੱਜ ਬਹੁਤ ਜ਼ਿਆਦਾ, ਇਸ ਵਾਸਤੇ ਮਾਲ ਜਿਹੜਾ ਨਾ ਨਿਕਲਦਾ ਨਹੀਂ ਪਿਆ ਛੱਪੜੇ ਤੋਂ ਬਾਹਰ। ਹੋ ਗਈਆਂ ਠੰਡੀਆਂ, ਹੁਣ ਜਿਹੜਾ ਨਿਕਲ ਜਾ। ਜ਼ਮਾਨੇ ਤੇ ਕੋਈ ਵੀ ਆਇਆ ਨਾ ਹੁੰਦਾ, ਜ਼ਮਾਨੇ ਕੋਈ ਵੀ ਨਾ ਆਇਆ ਹੁੰਦਾ, ਜ਼ਮਾਨੇ ਤੇ ਕੋਈ ਵੀ ਆਇਆ ਨਾ ਹੁੰਦਾ, ਆਇਆ ਨਾ ਹੁੰਦਾ। ਜੇ ਰੱਬ ਨੇ ਨਬੀ ਨੂੰ ਬਣਾਇਆ ਨਾ ਹੁੰਦਾ, ਜੇ ਰੱਬ ਨੇ ਨਬੀ ਨੂੰ ਬਣਾਇਆ ਨਾ ਹੁੰਦਾ, ਬਣਾਇਆ ਨਾ ਹੁੰਦਾ। ਜੇ ਸਦਨਾ ਨਾ ਹੁੰਦਾ ਨਬੀ ਨੂੰ ਅਰਸ਼ ਤੇ, ਜੇ ਸਦਨਾ ਨਾ ਹੁੰਦਾ ਨਬੀ ਨੂੰ ਅਰਸ਼ ਤੇ ਤੇ ਅਰਸ਼ਾਂ ਨੂੰ ਰੱਬ ਨੇ ਸਜਾਇਆ ਨਾ ਹੁੰਦਾ, ਅਰਸ਼ਾਂ ਨੂੰ ਰੱਬ ਨੇ ਸਜਾਇਆ ਨਾ ਹੁੰਦਾ। ਕੋਈ ਸ਼ਹਿਰ ਹੁੰਦਾ ਨਾ ਦੁਨੀਆ ਤੇ ਯਾਰੋ, ਕੋਈ ਸ਼ਹਿਰ ਹੁੰਦਾ ਨਾ ਹੁੰਦਾ
ਬੰਦਾ ਨਾ ਦੁਨੀਆਂ ਤੇ ਯਾਰੋ, ਦੁਨੀਆਂ ਤੇ ਯਾਰੋ। ਜੇ ਰੱਬ ਨੇ ਮਦੀਨਾ ਬਣਾਇਆ ਨਾ ਹੁੰਦਾ, ਜੇ ਰੱਬ ਨੇ ਮਦੀਨਾ ਬਣਾਇਆ ਨਾ ਹੁੰਦਾ, ਜ਼ਮਾਨੇ ਤੇ ਕੋਈ ਵੀ ਆਇਆ ਨਾ ਹੁੰਦਾ, ਜ਼ਮਾਨੇ ਮੈਂ ਕੋਈ ਵੀ ਨਾ ਆਇਆ ਹੁੰਦਾ, ਜੇ ਰੱਬ ਨੇ ਨਬੀ ਨੂੰ ਬਣਾਇਆ ਨਾ ਹੁੰਦਾ, ਜੇ ਰੱਬ ਨੇ ਨਬੀ ਨੂੰ ਨਾ ਬਣਾਇਆ ਨਾ ਹੁੰਦਾ। ਮਾਸ਼ਾਅੱਲਾ। ਪਾਕਿਸਤਾਨ ਕੀ ਸਭਸੇ ਬੜੀ ਯੂਨੀਵਰਸਿਟੀ ਕੌਣ ਸੀ ਔਰ ਕਹਾਂ ਹੈ? ਪੰਜਾਬ ਯੂਨੀਵਰਸਿਟੀ ਲਾਹੌਰ ਮੈਂ ਹੈ। ਪਾਕਿਸਤਾਨ ਕਾ ਸਭਸੇ ਬੜਾ ਰੇਡੀਓ ਸਟੇਸ਼ਨ ਕਹਾਂ ਹੈ? ਰਾਵਲਪਿੰਡੀ, ਇਸਲਾਮਾਬਾਦ। ਯੈਸ। ਪਾਕਿਸਤਾਨ ਕਾ ਸਭਸੇ ਬੜਾ ਪਾਰਕ ਕਿਸ ਸ਼ਹਿਰ ਮੈਂ ਹੈ? ਲਾਹੌਰ, ਰਾਵਲਪਿੰਡੀ। ਯੈਸ। ਵੈਲ, ਅੱਛਾ ਜੀ, ਲੇਟ ਹੀ ਹੋ ਗਿਆ, ਘੋੜੀ ਲੈਣ ਚੱਲੇ ਮੈਂ ਅਤੇ ਨਾਲ ਮੇਰੇ ਅਹਿਮਦ। ਮੌਸਮ ਜਿਹੜਾ ਨਾ, ਤੁਹਾਨੂੰ ਪਤਾ, ਬਹੁਤ ਜ਼ਿਆਦਾ ਗਰਮੀ ਆਈ, ਘੋੜੀ ਨੂੰ ਲਿਆ ਕੇ ਉਹਨੂੰ ਨਵਾਲਨੇ ਆ। ਐਸ ਅੰਤ ਕੋਣੀ ਅੱਜ ਅਤੇ ਨਾਲ ਮੇਰੇ ਅਹਿਮਦ। ਅਹਿਮਦ, ਊਟਾ ਲੈਣਾ ਹੀ ਅੱਜ ਘੋੜੀ ਦੇ? ਡਰ ਤਾਂ ਨਹੀਂ ਲੱਗਦਾ? ਲਾ ਅਹਿਮਦ ਨੇ ਜੀ ਅੱਗੇ ਊਟਾ ਤਾਂ ਜਿਹੜਾ ਨਾ ਦੋ ਤਿੰਨ ਵਾਰੀ ਲਏ ਅਤੇ ਡਰਦਾ ਨਹੀਂ ਹੈ ਅੱਜ। ਫਿਰ ਅਹਿਮਦ ਆਇਆ ਅਤੇ ਅੱਜ ਊਟਾ ਦਿੰਦੇ ਹਾਂ। ਕੋੜੀ ਕਿੱਥੇ ਆ ਭਲਾ? ਹੈਂ, ਅੱਛਾ, ਕੁੱਕੜ ਆਏ ਛੋਟੇ ਜਿੰਨਾ ਦੀ ਆਈ ਕਿੱਥੇ? ਉਹ ਕੇ ਕੁੱਕੜ ਆਏ ਅੱਥੇ ਅੱਥੇ ਕੁੱਕੜ ਆਏ ਨਾ ਅੱਗੇ ਨਾਲੀ ਚ ਅੱਧੀ ਨਾਲੀ ਆਈ ਉੱਤੇ ਫਿਰ ਲੰਘੇ ਜੀ। ਕੀ ਕਰਨ ਚਾਲ ਮਾਈਏ? ਕੀ ਕਰਨ ਗਏ? ਅੱਧੀ ਉੱਤੇ ਚਾਲ ਮਾਈਏ, ਅੱਧੀ ਕੋਈ ਵੀ ਖਣਾਇਆ ਹੈ ਕੋੜੀ ਫਿਰ ਦੇਖੀ ਜੀ ਜੀ ਨਾ ਹਾਂ ਕੋਈ ਤੇ ਕੇ ਜੰਗਲ ਦੇ ਬਣਾ ਕੇ ਤੋ ਉੱਤੇ ਜਿੱਥੇ ਤੂੰ ਬਹਿਣਾ ਕੰਡ ਦੇ, ਠੀਕ ਹੈ? ਆ ਤੂੰ ਉਹਦਾ ਨਾ ਤੂੰ ਨਾ ਨਾ ਮੰਜੇ ਆ ਉਹ ਜੀ ਤੂੰ ਜਾਈਦਾ ਉਹਨੂੰ ਕੋ ਨਹੀਂ ਉਹਦਾ ਨਾ ਅੱਛਾ ਜੀ, ਜਾਮਨ ਦਾ ਜਿਹੜਾ ਨਾ ਫੁੱਲ ਸੀਜ਼ਨ ਅਤੇ ਜਿਹੜੇ ਜਾਮਨ ਦੇ ਧਿਆਨ ਮਾਰੋ, ਦਿਹਾੜੀ ਸ਼ਾਮ ਹੋ ਜਾਣੀ, ਦਿਨ ਰਾਤ ਸਹੀ ਫੁੱਲ ਬਿਜ਼ੀ ਹੋਇਆ ਕੰਮ 'ਚ। ਹੁਣ ਇਸ ਜਾਮਨਾਂ ਦੇ ਦੇਖਿਆ ਨਿੱਕੇ ਨਿੱਕੇ ਲੱਗੇ ਨੇ ਜਾਮਨ ਚਾੜਨ ਉੱਤੇ। ਆ ਜਾ, ਲੰਘ ਲੰਘ, ਆ ਜਾ ਦਾ, ਆ ਜਾ ਦਾ, ਆ ਜਾ ਆ ਜਾ। ਅੱਛਾ ਜੀ, ਦਿਹਾੜੀ ਜਿਹੜਾ ਨਾ ਸਾਰੀ ਬਹੁਤ ਜ਼ਿਆਦਾ ਗਰਮੀ ਪਈ, ਤੂੰ ਹੁਣ ਅਲਹਮਦੁਲਿਲਾ ਸ਼ਾਮਾਂ ਦੀਆਂ ਅਜ਼ਾਨਾਂ ਵੀ ਹੁੰਦੀਆਂ ਨੇ, ਹੁਣ ਕੋਈ ਵੱਲ ਗੱਲ ਹੋਈ। ਛੋਟੇ ਸਵਾਰਾ ਆ ਜਾ, ਘੋੜੀ ਨਜ਼ਰ ਆਈ ਆ? ਘੋੜੀ ਨਜ਼ਰ ਆਈ ਆ? ਕਿੱਥੇ ਹੈ? ਅੱਛਾ, ਉੱਤੇ ਬਹਿ ਜਾ, ਘੋੜੀ ਦੇ ਊਟਾ ਲੈ ਲੈਦਾ, ਠੀਕ ਹੈ, ਆ ਜਾ। ਤੇਰੇ ਵਾਸਤੇ ਲਿਆਂਦਾ ਸਪੈਸ਼ਲ, ਤੇਰੇ ਕੱਪੜੇ ਨਾ ਗੰਦੇ ਹੋਣ, ਵਾਲ ਨਾ ਲੱਗਣ, ਠੀਕ ਹੈ? ਇੱਥੇ ਕੋਈ ਨਾ ਬਲਾ ਆ, ਫਿਰ ਕੋਈ ਨਾ ਆਉਣ, ਕੱਪੜੇ ਨਹੀਂ ਨਾ ਤੇਰੇ ਗੰਦੇ ਹੋਣ ਲੱਗੇ,
ਨਹੀਂ ਕਿ ਵਾਲ ਲੱਗ ਜਾਂਦੇ ਨੇ ਘੋੜੀ ਦਿਆਂ ਹਥਰੋੜਾ ਉੱਤੇ ਪਾ ਕੇ ਘੋੜੀ ਦੇ ਤੈਨੂੰ ਵਲ ਕੇ ਆ ਜਾ ਇਸ ਪੱਲੇ ਆ ਜਾ ਆ ਜਾ ਸਵਾਰਾ ਉੱਤੇ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਬਹਿ ਖਲੋ 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 ਘੋੜੀ ਨੂੰ ਆ ਖਲੋ ਇੱਥੋਂ ਫੜ ਲੈ ਤੇ ਵਾਲ ਦੋ ਹੱਥਾਂ ਨਾਲ ਠੀਕ ਹੈ ਹੁਣ ਹਿਲਦੀ ਪਈ ਹੈ ਨਾ ਝੂਟਾ ਤਾਂ ਹੀ ਲੱਭਣਾ ਨਾ ਹਿਲਣਾ ਸੁੱਤ ਠੀਕ ਹੈ ਡਰ ਨਹੀਂ ਪਿਆ ਲੱਗਦਾ ਚਿੱਕੜ ਤੇ ਮੈਂ ਅੱਗੂ ਇੱਧਰ ਕਰ ਲਾਂਗਾ ਨਾ ਚਿੱਕੜ ਤੋਂ ਹੈਂ ਨਹੀਂ ਘੋੜੀ ਵੀ ਨਹੀਂ ਟਹਿੰਦੀ ਤੂੰ ਵੀ ਨਹੀਂ ਟਹਿੰਦਾ ਵੀ ਮੈਂ ਨਾਲ ਹੀ ਨਹੀਂ ਆਇਆ ਵੀ ਫਿਰ ਡਰਦੇ ਨਾ ਨਾ ਆ ਮੈਂ ਫੜੀ ਅੱਗੂ ਦੇਖੀ ਘੋੜੀ ਸਿਆਣੀ ਘੋੜੀ ਨਹੀਂ ਟਹਿੰਦੀ ਹੈ ਘੋੜੀ ਨੂੰ ਪਤਾ ਘੋੜੀਆਂ ਮਾਰਦੀਆਂ ਨੇ ਹਾਂ ਘੋੜੀਆਂ ਨੂੰ ਤੰਗ ਕਰੀਏ ਫਿਰ ਮਾਰਦੀਆਂ ਜੇ ਘੋੜੀਆਂ ਨੂੰ ਰੋਟੀ ਦਈਏ ਪਿਆਰ ਕਰੀਏ ਛੇੜੀਏ ਨਾ ਸੋਟੀ ਨਾ ਮਾਰੀਏ ਫਿਰ ਨਹੀਂ ਮਾਰਦੀਆਂ ਘੋੜੀ ਡਿਗ ਪਵੇ ਦੀ ਚਿੱਕੜ ਜਿਹੜਾ ਨਾ ਅੱਗੇ ਹੈ ਚਿੱਕੜ ਵਿੱਚ ਘੋੜੀ ਡਿਗ ਪਵੇ ਤੇ ਮੰਮੀ ਡਿਗ ਪਵਾਂ ਮੈਂ ਹੈ ਨਹੀਂ ਘੋੜੀ ਵੀ ਨਹੀਂ ਡਿੱਗਦੇ ਤੂੰ ਵੀ ਨਹੀਂ ਡਿੱਗਦਾ ਕਿੱਥੇ ਉਹ ਟਰੈਕਟਰ ਦੇ ਉਹ ਟਰੈਲੀ ਦੇ ਉਹ ਖਲੋ ਗਏ ਨਾ ਉੱਤੇ ਲਾਂਦੇ ਪਏ ਨੇ ਜਾਮ ਨੂੰ ਅੱਛਾ ਜੀ ਉਮੀਦ ਹੈ ਕਿ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਵੇ ਜੇ ਵੀਡੀਓ ਪਸੰਦ ਆਵੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਿਓ ਤਾਂ ਕਿ ਮੇਰੀ ਜਿਹੜੀ ਨੈਕਸਟ ਵੀਡੀਓ ਤੁਹਾਨੂੰ ਬਸ ਆਸਾਨੀ ਨਾਲ ਲੱਭ ਜਾਵੇ ਸੀ ਯੂ ਲੇਟਰ ਐਲੀਗੇਟਰ ਇਨ ਵਾਲ ਕੋਕੋ ਡਾਇਲ ਅੱਲਾ ਹਾਫਿਜ਼